ਸਾਤਰੀਆ ਕਾਲ ਤੁਸੀਂ ਦੇਖ ਰਹੇ ਹੋ ਦ ਪੰਜਾਬ ਟੀਵੀ ਤਾਂ ਮੈਂ ਹਾਂ ਜੱਜ ਸਿੰਘ ਚਾਹਲ ਅੱਜ ਦੇ ਪੰਜਾਬੀ ਪ੍ਰਾਈਮ ਟਾਈਮ ਦੇ ਵਿੱਚ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਪੰਜਾਬੀ ਪ੍ਰਾਈਮ ਟਾਈਮ ਦੇ ਵਿੱਚ ਸਭ ਤੋਂ ਪਹਿਲਾਂ ਗੱਲ ਕਰਾਂਗੇ ਜਥੇਦਾਰ ਦੀ ਜਿਨ੍ਹਾਂ ਦੇ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਨੂੰ 24 ਘੰਟਿਆਂ ਦਾ ਅਲਟੀਮੇਟਮ ਦੇ ਦਿੱਤਾ ਗਿਆ ਹੈ ਅਮਰਿਤਪਾਲ ਸਿੰਘ ਕਿ ਨੇਪਾਲ ਦੇ ਵਿੱਚ ਲੁਕਿਆ ਹੋਇਆ ਹੈ ਇਹ ਸਵਾਲ ਕਿਉਂ ਉੱਠਿਆ ਹੈ ਤੁਹਾਨੂੰ ਇਸ ਬਾਰੇ ਵੀ ਜਾਣਕਾਰੀ ਦੇਵਾਂਗੇ ਅਮਰਿਤਪਾਲ ਸਿੰਘ ਦੀ ਇੱਕ ਹੋਰ ਫੋਟੋ ਸੈਲਫੀ ਸੋਸ਼ਲ ਮੀਡੀਆ ਤੇ ਵਾਇਰਲ ਹੁੰਦੀ ਖਾਈ ਦਿੰਦੀ ਹੈ ਕੇਜਰੀਵਾਲ ਦੇ ਖਿਲਾਫ ਟਵੀਟ ਕਰਨ ਤੇ ਇੱਕ ਵਿਅਕਤੀ ਦੇ ਖਿਲਾਫ ਪਰਚਾ ਦਰਜ ਕਰ ਦਿੱਤਾ ਗਿਆ ਹੈ ਪੰਜਾਬ ਪੁਲਿਸ ਦੇ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਇੱਕ ਵਾਰ ਫਿਰ ਤੋਂ ਜਲੰਧਰ ਪਹੁੰਚੇ ਸਬਜ਼ੀ ਵਿਜੀਨ ਵਾਲੇ ਕਿਸਾਨਾਂ ਦੇ ਵੱਲੋਂ ਵੀ ਹੁਣ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕੀਤੀ ਜਾਣ ਲੱਗ ਪਈ ਹੈ ਗਰੀਬਾਂ ਦੇ ਲਈ ਇੱਕ ਚੰਗੀ ਖਬਰ ਮਾਨ ਸਰਕਾਰ ਨੇ ਸੁਣਾਈ ਹੈ ਪੰਜਾਬ ਦੇ ਵਿੱਚ ਚਿੱਟੇ ਤੇ ਵੀ ਹੁਣ ਆਫਰ ਮਿਲਣ ਲੱਗ ਪਏ ਨੇ ਉਹ ਕਿਵੇਂ ਤੁਹਾਨੂੰ ਸਾਰੀ ਜਾਣਕਾਰੀ ਦਿਆਂਗੇ ਪਰ ਸਭ ਤੋਂ ਪਹਿਲਾਂ ਸ਼ੁਰੂਆਤ ਜ਼ਥੇਦਾਰ ਤੋਂ ਕਰਦੇ ਹਾਂ 27 ਮਾਰਚ ਵਾਲੇ ਦਿਨ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਇੱਕ ਸਾਂਝੀ ਵਿਸ਼ੇਸ਼ ਇਕੱਤਰਤਾ ਸੱਦੀ ਗਈ ਸੀ ਜਿਸ ਦੇ ਵਿੱਚ ਵੱਖ-ਵੱਖ ਸੰਪਰਦਾਵਾਂ ਦੇ ਨੁਮਾਇੰਦਿਆਂ ਨੂੰ ਸੱਦਾ ਜਥੇਦਾਰ ਦੇ ਵੱਲੋਂ ਭੇਜਿਆ ਗਿਆ ਸੀ ਅਤੇ ਇਹ ਵਿਸ਼ੇਸ਼ ਇਕੱਤਰਤਾ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਹੋਈ ਜਿਸ ਦੇ ਵਿੱਚ ਵੱਡੇ ਫੈਸਲੇ ਕਾਫੀ ਵੱਡੇ ਫੈਸਲੇ ਇਸ ਇਕਤਰਤਾ ਦੇ ਵਿੱਚ ਲਏ ਗਏ ਨੇ ਇਨ੍ਹਾਂ ਫੈਸਲਿਆਂ ਬਾਰੇ ਜਾਣਕਾਰੀ ਦਿੰਦਿਆਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਦੱਸਿਆ ਹੈ ਕਿ 24 ਘੰਟਿਆਂ ਦਾ ਅਲਟੀਮੇਟਮ ਮਾਨ ਸਰਕਾਰ ਨੂੰ ਦਿੱਤਾ ਜਾਂਦਾ ਹੈ ਜਿੰਨੇ ਵੀ ਸਿੱਖ ਨੌਜਵਾਨ ਜਿਹੜੇ ਬੇਕਸੂਰ ਨੇ ਉਹਨਾਂ ਨੂੰ ਫੜਿਆ ਗਿਆ ਹੈ ਮਾਨ ਸਰਕਾਰ ਦੇ ਵੱਲੋਂ 24 ਘੰਟਿਆਂ ਦੇ ਵਿੱਚ ਉਹਨਾਂ ਸਿੱਖ ਨੌਜਵਾਨਾਂ ਨੂੰ ਛੱਡਿਆ ਜਾਣਾ ਚਾਹੀਦਾ ਹੈ ਜੇਕਰ ਛੱਡਿਆ ਨਾ ਗਿਆ ਤਾਂ ਖਾਲਸਾ ਵਹੀਰ ਸ੍ਰੀ ਅਕਾਲ ਤਖਤ ਸਾਹਿਬ ਤੋਂ ਸ਼ੁਰੂ ਕੀਤੀ ਜਾਵੇਗੀ ਅਤੇ ਪੂਰੇ ਪੰਜਾਬ ਦੇ ਵਿੱਚ ਨਹੀਂ ਦੇਸ਼ ਦੇ ਵਿੱਚ ਨਹੀਂ ਵਿਦੇਸ਼ਾਂ ਦੇ ਵਿੱਚ ਵੀ ਇਹ ਸਾਰਾ ਪ੍ਰਚਾਰ ਕੀਤਾ ਜਾਵੇਗਾ ਕਿ ਕਿਵੇਂ ਸਰਕਾਰ ਦੇ ਵੱਲੋਂ ਸਿੱਖਾਂ ਦੇ ਨਾਲ ਧੱਕੇਸ਼ਾਹੀ ਕੀਤੀ ਜਾਂਦੀ ਹੈ ਭਾਵੇਂ ਉਹ ਪੰਜਾਬ ਦੀ ਸਰਕਾਰ ਹੋਵੇ ਭਾਵੇਂ ਉਹ ਭਾਰਤ ਦੀ ਸਰਕਾਰ ਹੋਵੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਖਾਲਸਾਬ ਹੀਰ ਕੱਢਣ ਦੇ ਹੁਕਮ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਅਤੇ ਸਾਰੀਆਂ ਸੰਸਥਾਵਾਂ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਦੇ ਦਿੱਤੇ ਗਏ ਨੇ ਕਿ ਅਕਾਲ ਤਖਤ ਸਾਹਿਬ ਦੀ ਅਗਵਾਈ ਦੇ ਵਿੱਚ ਖਾਲਸਾ ਵਹਿਰ ਕੱਢੀ ਜਾਣੀ ਚਾਹੀਦੀ ਹੈ ਪਰ ਜੇਕਰ ਸਰਕਾਰ ਨੇ ਇਨ੍ਹਾਂ ਬੇਕਸੂਰੇ ਸਿੱਖ ਨੌਜਵਾਨਾਂ ਨੂੰ ਨਾ ਛੱਡਿਆ ਤਾਂ ਇਸ ਖਾਲਸਾ ਵਹਿਰ ਦੇ ਵਿੱਚ ਫਿਰ ਸਰਕਾਰ ਦੇ ਖਿਲਾਫ ਵੀ ਪ੍ਰਚਾਰ ਕੀਤਾ ਜਾਵੇਗਾ ਜਥੇਦਾਰ ਦੇ ਵੱਲੋਂ ਇਹ ਐਲਾਨ ਕਰ ਦਿੱਤਾ ਗਿਆ ਹੈ ਜੇਕਰ ਅਮਰਤਪਾਲ ਸਿੰਘ ਪੁਲਿਸ ਦੇ ਕੋਲ ਹੈ ਤਾਂ ਸਥਿਤੀ ਪੁਲਿਸ ਨੂੰ ਸਪਸ਼ਟ ਕਰਨੀ ਚਾਹੀਦੀ ਹੈ ਪੰਜਾਬ ਸਰਕਾਰ ਨੂੰ ਇਹ ਦੱਸ ਦੇਣਾ ਚਾਹੀਦਾ ਹੈ ਜੇਕਰ ਅਮਰਿਤਪਾਲ ਸਿੰਘ ਫਰਾਰ ਹੈ ਤਾਂ ਉਸ ਨੂੰ ਪੁਲਿਸ ਦੇ ਅੱਗੇ ਪੇਸ਼ ਹੋ ਜਾਣਾ ਚਾਹੀਦਾ ਹੈ ਇਸ ਇਕੱਤਰਤਾ ਦੇ ਵਿੱਚ ਇਹ ਫੈਸਲਾ ਵੀ ਲਿਆ ਗਿਆ ਹੈ ਇਸ ਤੋਂ ਇਲਾਵਾ ਜਿਹੜੇ ਵੀ ਗ੍ਰਿਫਤਾਰ ਕੀਤੇ ਗਏ ਨੌਜਵਾਨੇ ਉਹਨਾਂ ਨੂੰ ਮੁਫਤਕ ਕਾਨੂੰਨੀ ਸਹਾਇਤਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਦਿੱਤੀ ਜਾਵੇਗੀ ਜੇਕਰ ਕਿਸੇ ਨੇ ਵਕੀਲ ਕਰ ਲਿਆ ਹੈ ਤਾਂ ਉਸ ਦੀ ਫੀਸ ਐਸਜੀਪੀਸੀ ਦੇ ਵੱਲੋਂ ਭਰੀ ਜਾਵੇਗੀ ਜਿਨ੍ਹਾਂ ਨੌਜਵਾਨਾਂ ਤੇ ਐਨਐਸਏ ਲਾਇਆ ਗਿਆ ਹੈ ਨੈਸ਼ਨਲ ਸਿਕਿਉਰਿਟੀ ਐਕਟ ਲਾਇਆ ਔਰ ਰੱਦ ਕੀਤਾ ਜਾਣਾ ਚਾਹੀਦਾ ਹੈ ਜਥੇਦਾਰ ਦਾ ਕਹਿਣਾ ਹੈ ਕਿ ਇਹ ਕਾਲਾ ਕਾਨੂੰਨ ਹੈ ਜਿਹੜਾ ਕਿ ਕਦੇ ਵੀ ਲਾਗੂ ਨਹੀਂ ਹੋਣਾ ਚਾਹੀਦਾ ਅਤੇ ਸਾਡੇ ਤੇ ਹੀ ਲਾਉਣਾ ਹੈ ਘੱਟ ਗਿਣਤੀਆਂ ਤੇ ਹੀ ਨੈਸ਼ਨਲ ਸਿਕਿਉਰਿਟੀ ਐਕਟ ਕਿਉਂ ਲੱਗਦਾ ਹੈ ਜਾਂ ਤਾਂ ਫਿਰ ਉਹਨਾਂ ਲੋਕਾਂ ਤੇ ਵੀ ਲਾਓ ਜਿਹੜੇ ਵੱਡੇ ਵੱਡੇ ਇਕੱਠਾਂ ਦੇ ਵਿੱਚ ਹਿੰਦੂ ਰਾਸ਼ਟਰ ਬਣਾਉਣ ਦੀਆਂ ਗੱਲਾਂ ਕਰਦੇ ਨੇ ਜੇਕਰ ਐਨਐਸਏ ਉਹਨਾਂ ਤੇ ਲਾਵੋਗੇ ਫਿਰ ਸਾਡੇ ਤੇ ਵੀ ਲਾ ਲਿਓ ਅਸੀਂ ਭੁਗਤ ਲਵਾਂਗੇ ਪਰ ਸਿਰਫ ਸਾਡੇ ਤੇ ਹੀ ਐਨਐਸਏ ਕਿਉਂ ਲਾਇਆ ਜਾਂਦਾ ਹੈ ਪੰਜਾਬ ਸਰਕਾਰ ਐਨਐਸਏ ਕਰੇ ਜਿੰਨਾ ਤੇ ਵੀ ਲਾਇਆ ਹੈ ਇਹ ਵੀ ਇਥੇ ਇਕਤਰਤਾ ਦੇ ਵਿੱਚ ਫੈਸਲਾ ਕੀਤਾ ਗਿਆ ਹੈ ਇਸ ਤੋਂ ਇਲਾਵਾ ਹਰਜਿੰਦਰ ਸਿੰਘ ਧਾਮੀ ਨੇ ਜਾਣ ਕਰ ਦਿੱਤੀ ਹੈ ਕਿ ਸਾਰੇ મતਭੇਦ ਭੁਲਾ ਕੇ ਇਕਜੁੱਟ ਸਾਰਿਆਂ ਨੂੰ ਹੋ ਜਾਣਾ ਚਾਹੀਦਾ ਹੈ ਜ਼ਥੇਦਾਰ ਨੇ ਇਹ ਵੀ ਗੱਲ ਆਖੀ ਹੈ ਇਸ ਤੋਂ ਇਲਾਵਾ ਹਰੀਕੇ ਹੈੱਡ ਤੇ ਜੋ ਧਰਨਾ ਲੱਗਾ ਸੀ ਅਮਰਿਤਪਾਲ ਸਿੰਘ ਦੇ ਪੱਖ ਦੇ ਵਿੱਚ ਹਰੀਕੇ ਦੇ ਵਿੱਚ ਜੋ ਧਰਨਾ ਲੱਗਾ ਸੀ ਉਥੋਂ ਗੱਡੀਆਂ ਪੁਲਿਸ ਚੋਕ ਕੇ ਲੈ ਗਈ ਸੀ ਪਹਿਲਾਂ ਤਾਂ ਪੁਲਿਸ ਨੇ ਗੱਡੀਆਂ ਪੰਨੀਆਂ ਦਰਸ਼ਕਾਰੀਆਂ ਦੀਆਂ ਗੱਡੀਆਂ ਪੰਨੀਆਂ ਅਤੇ ਪੁਲਿਸ ਉਹਨਾਂ ਗੱਡੀਆਂ ਨੂੰ ਚੋਕ ਕੇ ਵੀ ਲੈ ਗਈ ਸੀ ਉਹ ਗੱਡੀਆਂ ਵਾਪਸ ਕੀਤੀਆਂ ਜਾਣੀਆਂ ਚਾਹੀਦੀਆਂ ਨੇ ਛੇਤੀ ਤੋਂ ਛੇਤੀ ਉਹ ਗੱਡੀਆਂ ਵਾਪਸ ਕਰੋ ਸ਼੍ਰੀਮੁਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਜਥੇਦਾਰ ਦੇ ਵੱਲੋਂ ਹੁਕਮ ਇਹ ਦਿੱਤੇ ਗਏ ਨੇ ਕਿ ਜਿੰਨਾ ਵੀ ਪੁਲਿਸ ਅਫਸਰਾਂ ਨੇ ਪ੍ਰਦਰਸ਼ਨਕਾਰੀਆਂ ਦੀਆਂ ਉਹ ਗੱਡੀਆਂ ਭੰਨੀਆਂ ਨੇ ਉਹਨਾਂ ਪੁਲਿਸ ਅਫਸਰਾਂ ਤੇ ਪਰਚੇ ਦਰਜ ਕਰਵਾਓ ਅਤੇ ਕਾਨੂੰਨੀ ਕਾਰਵਾਈ ਉਹਨਾਂ ਪੁਲਿਸ ਅਫਸਰਾਂ ਤੇ ਹੋਣੀ ਚਾਹੀਦੀ ਹੈ ਪ੍ਰਦਰਸ਼ਨਕਾਰੀਆਂ ਦੀਆਂ ਗੱਡੀਆਂ ਭੰਨਣ ਦਾ ਕੀ ਮਤਲਬ ਬਣਦਾ ਏ ਉਹਨਾਂ ਤੇ ਕਾਨੂੰਨੀ ਕਾਰਵਾਈ ਕਰੋ ਇਹ ਵੀ ਹੁਕਮ ਦੇ ਦਿੱਤੇ ਗਏ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਵੱਲੋਂ ਭਾਰਤ ਸਰਕਾਰ ਨੂੰ ਚੇਤਾਵਨੀ ਦਿੱਤੀ ਗਈ ਹੈ ਕਿ ਜੋ ਨੈਸ਼ਨਲ ਮੀਡੀਆ ਦੇ ਵਿੱਚ ਜਾਣ ਬੁੱਝ ਕੇ ਸਿੱਖਾਂ ਨੂੰ ਅੱਤਵਾਦੀ ਗਰਦਾਨਾਂ ਦਾ ਕੰਮ ਭਾਰਤ ਸਰਕਾਰ ਦੇ ਵੱਲੋਂ ਕੀਤਾ ਜਾ ਰਿਹਾ ਹੈ ਉਹ ਬੰਦ ਕੀਤਾ ਜਾਣਾ ਚਾਹੀਦਾ ਹੈ ਕਿਉਂਕਿ ਇਸ ਦੇ ਨਾਲ ਭਾਰਤ ਨੂੰ ਕਦੇ ਵੀ ਭਾਰਤ ਸਰਕਾਰ ਨੂੰ ਕਦੇ ਵੀ ਕੋਈ ਵੀ ਫਾਇਦਾ ਨਹੀਂ ਹੋਵੇਗਾ ਸਾਨੂੰ ਅੱਤਵਾਦੀ ਗਰਦਾਨਾਂ ਬੰਦ ਕਰੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਨੂੰ ਜਥੇਦਾਰ ਦੇ ਵੱਲੋਂ ਹੁਕਮ ਦਿੱਤੇ ਗਏ ਨੇ ਕਿ ਜਿਹੜੇ ਵੀ ਰਾਸ਼ਟਰੀ ਚੈਨਲ ਸਿੱਖਾਂ ਨੂੰ ਅੱਤਵਾਦੀ ਕਹਿੰਦੇ ਨੇ ਸਿੱਖਾਂ ਦੀ ਸਾਖ ਖਰਾਬ ਕਰਨ ਦੀ ਕੋਸ਼ਿਸ਼ ਕਰਦੇ ਨੇ ਉਹਨਾਂ ਦੇ ਖਿਲਾਫ ਪਰਚੇ ਦਰਜ ਕਰਵਾਓ ਕੋਟਾਂ ਦੇ ਵਿੱਚ ਉਹਨਾਂ ਨੂੰ ਕੜੀ ਸੋ ਤਾਂ ਜੋ ਉਹਨਾਂ ਨੂੰ ਪਤਾ ਲੱਗ ਸਕੇ ਕਿ ਇਸ ਘੱਟ ਗਿਣਤੀ ਭਾਈਚਾਰੇ ਨੂੰ ਜਾਣਬੁੱਝ ਕੇ ਬਦਨਾਮ ਨਹੀਂ ਕਰਨਾ ਏ ਇਹ ਵੀ ਫੈਸਲਾ ਇਸ 71 ਤਾ ਦੇ ਵਿੱਚ ਲਿਆ ਗਿਆ ਹੈ ਇਸ ਤੋਂ ਇਲਾਵਾ ਜੋ ਸਿੱਖ ਨੌਜਵਾਨਾਂ ਦੇ ਚੈਨਲ ਪੰਜਾਬ ਦੇ ਵਿੱਚ ਬੰਦ ਕੀਤੇ ਗਏ ਨੇ ਭਾਵੇਂ ਉਹ ਫੇਸਬੁੱਕ ਪੇਜ ਹੋਣ ਭਾਵੇਂ ਉਹ YouTube ਚੈਨਲ ਹੋਣ ਭਾਵੇਂ ਉਹ Twitter ਅਕਾਊਂਟ ਹੋਣ ਜਿਨ੍ਹਾਂ ਦੇ ਵੀ ਚੈਨਲ ਜਾਂ ਫਿਰ ਨਿੱਜੀ ਖਾਤੇ ਬੰਦ ਕੀਤੇ ਗਏ ਨੇ ਸਰਕਾਰ ਨੂੰ ਉਹਨਾਂ ਨੂੰ ਤੁਰੰਤ ਪ੍ਰਭਾਵ ਦੇ ਨਾਲ ਵਾਪਸ ਬਹਾਲ ਕਰਨਾ ਚਾਹੀਦਾ ਹੈ ਕਿਉਂਕਿ ਜੇਕਰ ਤੁਸੀਂ ਆਪਣੇ ਮੀਡੀਆ ਦੇ ਜ਼ਰੀਏ ਸਿੱਖਾਂ ਨੂੰ ਬਦਨਾਮ ਕਰ ਰਹੇ ਹੋ ਤਾਂ ਜਿਹੜੇ ਸਿੱਖ ਨੌਜਵਾਨ ਆ ਤੁਹਾਡੇ ਏਜੰਡੇ ਨੂੰ ਕਰੈਕ ਕਰਦੇ ਨੇ ਭਾਵ ਉਸ ਨੂੰ ਕਾਊਂਟਰ ਕਰਦੇ ਨੇ ਤੁਹਾਡੀਆਂ ਪੋਲਾਂ ਖੋਲਦੇ ਨੇ ਸਰਕਾਰਾਂ ਦੀਆਂ ਜੇਕਰ ਤੁਸੀਂ ਉਹਨਾਂ ਦੀ ਆਵਾਜ਼ ਬੰਦ ਕਰਵਾਓਗੇ ਬਰਦਾਸ਼ਤ ਨਹੀਂ ਹੋਵੇਗਾ ਇਹ ਸਾਰੇ ਚੈਨਲ ਦੁਬਾਰਾ ਚੇਤੀ ਤੋਂ ਚੇਤੀ ਚੱਲਣੇ ਚਾਹੀਦੇ ਨੇ ਜ਼ਥੇਦਾਰ ਦੇ ਵੱਲੋਂ ਸਰਕਾਰ ਨੂੰ ਇਹ ਵੀ ਚੇਤਾਵਨੀ ਦਿੱਤੀ ਗਈ ਹੈ ਇਸ ਤੋਂ ਇਲਾਵਾ ਪੁਲਿਸ ਦੇ ਵੱਲੋਂ ਜੋ ਸਿੱਖ ਰਿਆਸਤਾਂ ਦੇ ਚੰਡੇ ਮਹਾਰਾਜਾ ਰਣਜੀਤ ਸਿੰਘ ਦੀਆਂ ਵੇਲੇ ਜੋ ਸਿੱਖ ਰਿਆਸਤਾਂ ਸਨ ਉਹਨਾਂ ਦੇ ਝੰਡਿਆਂ ਨੂੰ ਵੱਖਵਾਦੀ ਝੰਡਿਆਂ ਦੇ ਨਾਲ ਜੋੜਿਆ ਗਿਆ ਪੰਜਾਬ ਪੁਲਿਸ ਦੇ ਵੱਲੋਂ ਉਸ ਦੀ ਵੀ ਨਖੇਦੀ ਇਸ ਵਿਸ਼ੇਸ਼ ਇਕਤਰਤਾ ਦੇ ਵੱਲੋਂ ਕੀਤੀ ਗਈ ਹੈ ਕਿ ਜਾਣਬੁੱਝ ਕੇ ਸਾਨੂੰ ਭੰਡਣਾ ਪੰਜਾਬ ਪੁਲਿਸ ਬੰਦ ਕਰੇ ਉਹ ਸਿੱਖ ਰਿਆਸਤਾਂ ਉਸ ਵੇਲੇ ਦੀਆਂ ਸਨ ਜਦੋਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀ ਅਤੇ ਉਹਨਾਂ ਹੀ ਝੰਡਿਆਂ ਨੂੰ ਇਹ ਕਹੀ ਜਾਂਦੇ ਨੇ ਕਿ ਅਮਰਪਾਲ ਸਿੰਘ ਨੇ ਖਾਲਿਸਤਾਨ ਦਾ ਪਲਾਨ ਤਿਆਰ ਕਰ ਲਿਆ ਸੀ ਆ ਦੇਖੋ ਇਹਨਾਂ ਨੇ ਪਟਿਆਲਾ ਰਿਆਸਤ ਦਾ ਵੀ ਝੰਡਾ ਬਣਾ ਲਿਆ ਸੀ ਆਹ ਵੇਖ ਲਓ ਇਹਨਾਂ ਨੇ ਕਪੂਰਥਲਾ ਦੀ ਰਿਆਸਤ ਦਾ ਵੀ ਝੰਡਾ ਬਣਾ ਲਿਆ ਸੀ ਸਾਡੇ ਜਿਹੜੋ ਸਿੱਖ ਵਿਰਾਸਤ ਹੈ ਸਿੱਖ ਇਤਿਹਾਸ ਹੈ ਉਸ ਦਾ ਮਜ਼ਾਕ ਉਡਾਉਣਾ ਬੰਦ ਕਰੋ ਵਿਸ਼ੇਸ਼ ਇਕਤਰਤਾ ਦੇ ਵਿੱਚ ਇਹ ਸਖਤ ਫੈਸਲੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਯਾਨੀ ਹਰਪ੍ਰੀਤ ਸਿੰਘ ਦੇ ਵੱਲੋਂ ਸੁਣਾ ਦਿੱਤੇ ਗਏ ਨੇ 24 ਘੰਟਿਆਂ ਦਾ ਅਲਟੀਮੇਟਮ ਦਿੱਤਾ ਗਿਆ ਹੈ ਕਿ ਸਾਰੇ ਬੇਕਸੂਰ ਸਿੱਖ ਨੌਜਵਾਨਾਂ ਨੂੰ ਛੱਡਿਆ ਜਾਣਾ ਚਾਹੀਦਾ ਹੈ ਅਸੀਂ ਧਰਨਾ ਨਹੀਂ ਦੇਣਾ ਸਰਕਾਰਾਂ ਨੂੰ ਕੋਈ ਫਰਕ ਨਹੀਂ ਪੈਂਦਾ ਭਾਵੇਂ 6 ਮਹੀਨੇ ਬੈਠੇ ਰਹੋ ਭਾਵੇਂ ਸਾਲ ਬੈਠੇ ਰਹੋ ਧਰਨਾ ਨਹੀਂ ਦੇਵਾਂਗੇ ਖਾਲਸਾ ਵਹਿਿਰ ਕੱਢਾਂਗੇ ਪਿੰਡਾਂ ਦੀਆਂ ਸੱਥਾਂ ਦੇ ਵਿੱਚ ਸਰਕਾਰ ਦੇ ਖਿਲਾਫ ਪ੍ਰਚਾਰ ਕਰਾਂਗੇ ਜਾ ਕੇ ਦੱਸਾਂਗੇ ਕਿ ਕਿਵੇਂ ਸਾਡੇ ਨਾਲ ਸਰਕਾਰਾਂ ਦੇ ਵੱਲੋਂ ਵਿਤਕ੍ਰੇ ਕੀਤੇ ਜਾ ਰਹੇ ਨੇ ਭਾਰਤ ਦੇ ਵੀ ਵੱਖ-ਵੱਖ ਹਿੱਸਿਆਂ ਦੇ ਵਿੱਚ ਅਜਿਹਾ ਜਾ ਕੇ ਪ੍ਰਚਾਰ ਕਰਾਂਗੇ ਵਿਦੇਸ਼ਾਂ ਦੇ ਵਿੱਚ ਵੀ ਖਾਲਸਾ ਵਹਿਿਰ ਕੱਢੀ ਜਾਵੇਗੀ ਅਤੇ ਉੱਥੇ ਵੀ ਪ੍ਰਚਾਰ ਕਰਾਂਗੇ ਕਿ ਭਾਰਤ ਸਰਕਾਰ ਦੇ ਵੱਲੋਂ ਸਿੱਖਾਂ ਦੇ ਖਿਲਾਫ ਕਿਵੇਂ ਵਰਤਾਰਾ ਵਰਤਾਇਆ ਜਾ ਰਿਹਾ ਹੈ ਅਸੀਂ ਚੁੱਪ ਕਰਕੇ ਨਹੀਂ ਬੈਠਾਂਗੇ ਗੁੱਸੇ ਦੇ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਇਸ ਮੌਕੇ ਦਿਖਾਈ ਦਿੱਤੇ ਨੇ ਐਸਜੀਪੀਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਕਹਿੰਦੇ ਨੇ ਕਿ ਅਕਾਲ ਤਖਤ ਸਹਿਬ ਦੇ ਜਥੇਦਾਰ ਦੇ ਵੱਲੋਂ ਜੋ ਵੀ ਹੁਕਮ ਦਿੱਤੇ ਗਏ ਨੇ ਉਹਨਾਂ ਦੀ ਤਾਮੀਲ ਕੀਤੀ ਜਾਵੇਗੀ ਇਸ ਤਰੀਕੇ ਨਾਲ ਸੰਜੀਵਿਸ਼ੇਸ਼ 71 ਤਾਣੇ ਪੰਜਾਬ ਸਰਕਾਰ ਅਤੇ ਭਾਰਤ ਸਰਕਾਰ ਨੂੰ ਪਾਜੜਾ ਪੁਆ ਕੇ ਰੱਖ ਦਿੱਤੀਆਂ ਨੇ ਹੁਣ ਵੇਖਣਾ ਹੋਵੇਗਾ ਜੋ 24 ਘੰਟਿਆਂ ਦਾ ਅਲਟੀਮੇਟਮ ਦਿੱਤਾ ਗਿਆ ਹੈ ਕਿ ਸਾਰੇ ਬੇਕਸੂਰ ਸਿੱਖ ਨੌਜਵਾਨਾਂ ਨੂੰ ਛੱਡੋ ਪੰਜਾਬ ਸਰਕਾਰ ਦੇ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਇਹਨਾਂ ਬੇਕਸੂਰ ਸਿੱਖ ਨੌਜਵਾਨਾਂ ਨੂੰ ਛੱਡਿਆ ਜਾਂਦਾ ਹੈ ਜਾਂ ਫਿਰ ਨਹੀਂ ਇਹ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਹੀ ਪਤਾ ਲੱਗੇਗਾ ਅਗਲੀ ਖਬਰ ਦੇ ਵੱਲ ਵਧਦੇ ਹਾਂ ਆਏ ਦਿਨ ਹੀ ਸੋਸ਼ਲ ਮੀਡੀਆ ਤੇ ਅਮਰਿਤਪਾਲ ਸਿੰਘ ਦੀ ਕੋਈ ਨਵੀਂ ਫੋਟੋ ਸਾਹਮਣੇ ਆ ਜਾਂਦੀ ਹੈ ਹੋੜਾ ਸੋਸ਼ਲ ਮੀਡੀਆ ਤੇ ਅਮਰਿਤਪਾਲ ਸਿੰਘ ਅਤੇ ਉਹਨਾਂ ਦੇ ਸਾਥੀ ਪੱਪਲਪ੍ਰੀਤ ਸਿੰਘ ਦੀ ਇੱਕ ਕਥਿਤ ਸੈਲਫੀ ਵਾਇਰਲ ਹੁੰਦੀ ਦਿਖਾਈ ਦਿੰਦੀ ਹੈ ਕਥਿਤ ਅਸੀਂ ਇਸ ਕਰਕੇ ਕਹਿ ਰਹੇ ਹਾਂ ਕਿਉਂਕਿ ਕੁਝ ਲੋਕਾਂ ਦੇ ਵੱਲੋਂ ਸੋਸ਼ਲ ਮੀਡੀਆ ਤੇ ਆਖਿਆ ਜਾ ਰਿਹਾ ਹੈ ਕਿ ਇਹ ਫੋਟੋ ਐਡਿਟ ਕੀਤੀ ਗਈ ਹੈ ਕਿਉਂਕਿ ਮਾਰਚ ਦੇ ਮਹੀਨੇ ਦੇ ਵਿੱਚ ਮਾਰਚ ਦੇ ਅਖੀਰ ਦੇ ਵਿੱਚ ਗਰਮੀ ਹੋ ਜਾਂਦੀ ਹੈ ਇਹਨਾਂ ਨੇ ਜੈਕਟਾਂ ਪਾਈਆਂ ਹੋਈਆਂ ਨੇ ਉੱਪਰ ਲੋਈ ਵੀ ਲਈ ਹੋਈ ਹੈ ਅਤੇ એનર્ਜੀ ਡਰਿੰਕ ਵੀ ਪੀ ਰਹੇ ਨੇ ਇਹ ਫੋਟੋ ਐਡਿਟ ਕੀਤੀ ਹੋਈ ਹੈ ਇਸ ਕਰਕੇ ਦਾ ਪੰਜਾਬ ਟੀਵੀ ਇਸ ਫੋਟੋ ਦੀ ਪੁਸ਼ਟੀ ਨਹੀਂ ਕਰਦਾ ਕਿ ਐਡਿਟ ਕੀਤੀ ਹੈ ਜਾਂ ਫਿਰ ਨਹੀਂ ਇਸ ਬਾਰੇ ਦਾ ਪੰਜਾਬ ਟੀਵੀ ਪੁਸ਼ਟੀ ਨਹੀਂ ਕਰਦਾ ਹੈ ਪਰ ਸੋਸ਼ਲ ਮੀਡੀਆ ਤੇ ਲੋਕਾਂ ਦੇ ਵੱਲੋਂ ਹੁਣ ਇਹ ਗੱਲ ਆਖੀ ਜਾ ਰਹੀ ਹੈ ਕਿ ਘੱਟੋ ਘੱਟ ਇਹਨਾਂ ਤਾਂ ਪਤਾ ਲੱਗ ਗਿਆ ਹੈ ਕਿ ਪੰਜਾਬ ਪੁਲਿਸ ਦੀ ਹਿਰਾਸਤ ਦੇ ਵਿੱਚ ਅਮਰਿਤਪਾਲ ਸਿੰਘ ਨਹੀਂ ਹੈ ਉਹ ਬਾਹਰ ਹੈ ਫਰਾਰ ਹੈ ਅਤੇ ਇਹ ਨਵੀਂ ਤੋਂ ਨਵੀਂ ਫੋਟੋ ਹੁਣ ਸੋਸ਼ਲ ਮੀਡੀਆ ਤੇ ਵਾਇਰਲ ਹੁੰਦੀ ਦਿਖਾਈ ਦਿੰਦੀ ਹੈ ਅਗਲੀ ਖਬਰ ਦੇ ਵੱਲ ਵਧਦੇ ਹਾਂ ਇੱਕ ਹੋਰ ਅਮਰਿਤਪਾਲ ਸਿੰਘ ਦਾ ਇੱਕ ਹੋਰ ਗਨਮੈਨ ਪੰਜਾਬ ਪੁਲਿਸ ਦੇ ਵੱਲੋਂ ਫੜ ਲਿਆ ਗਿਆ ਹੈ ਵਰਿੰਦਰ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ ਪੰਜਾਬ ਪੁਲਿਸ ਦੇ ਵੱਲੋਂ ਅਤੇ ਨੈਸ਼ਨਲ ਸਿਕਿਉਰਿਟੀ ਐਕਟ ਲਾ ਕੇ ਆਸਾਮ ਦੀ ਦਿਬਰੂਗੜ ਜੇਲ੍ਹ ਦੇ ਵਿੱਚ ਪੰਜਾਬ ਪੁਲਿਸ ਦੇ ਵੱਲੋਂ ਵਰਿੰਦਰ ਸਿੰਘ ਨੂੰ ਵੀ ਭੇਜ ਦਿੱਤਾ ਗਿਆ ਹੈ ਜਿਹੜੇ ਪਹਿਲਾਂ ਭੇਜੇ ਨੇ ਐਨਐਸਏ ਲਾ ਕੇ ਉਹਨਾਂ ਦਾ ਵੀ ਵਿਰੋਧ ਹੋ ਰਿਹਾ ਹੈ ਕਿ ਪਹਿਲੀ ਗੱਲ ਤਾਂ ਨੈਸ਼ਨਲ ਸਿਕਿਉਰਿਟੀ ਐਕਟ ਲੱਗਣਾ ਨਹੀਂ ਚਾਹੀਦਾ ਆਪਣੇ ਮੁੰਡਿਆਂ ਤੇ ਐਨਐਸਏ ਲਾਈ ਜਾਂਦੇ ਹੋ ਇਹ ਬਣੀ ਕੀ ਜਾਂਦਾ ਹੈ ਦੂਜੀ ਗੱਲ ਆਸਾਮ ਦੀ ਦਿਬਰੂਗੜ ਜੇਲ੍ਹ ਦੇ ਵਿੱਚ ਕਿਉਂ ਭੇਜ ਰਹੇ ਹੋ ਪੰਜਾਬ ਦੇ ਆਸ-ਪਾਸ ਹੀ ਰੱਖਣਾ ਚਾਹੀਦਾ ਸੀ ਪਹਿਲਾਂ ਹੀ ਵਿਰੋਧ ਹੋ ਰਿਹਾ ਹੈ ਹਾਂ ਤੇ ਹੁਣ ਬ੍ਰਿੰਦਰ ਸਿੰਘ ਨੂੰ ਵੀ ਐਨਐਸਏ ਲਾ ਕੇ ਆਸਾਮ ਦੀ ਦਿਬਰੂਗੜ੍ਹ ਜੇਲ੍ਹ ਦੇ ਵਿੱਚ ਭੇਜਣ ਦੀਆਂ ਖਬਰਾਂ ਸਾਹਮਣੇ ਆਉਂਦੀਆਂ ਦਿਖਾਈ ਦਿੰਦੀਆਂ ਨੇ ਅੱਗੇ ਵਧਦੇ ਆ ਹੁਣ ਨਵੀਂ ਚਰਚਾ ਚੱਲ ਪਈ ਹੈ ਕਿ ਅਮਰਿਤਪਾਲ ਸਿੰਘ ਨੇਪਾਲ ਦੇ ਵਿੱਚ ਹੈ ਨੇਪਾਲੀ মিডিਆ ਦੇ ਵੱਲੋਂ ਇਹ ਦਾਵਾ ਕੀਤਾ ਗਿਆ ਹੈ ਕਿ ਅਮਰਿਤਪਾਲ ਸਿੰਘ ਨੇਪਾਲ ਦੇ ਵਿੱਚ ਲੁਕਿਆ ਹੋਇਆ ਹੈ ਅਤੇ ਦਾਅਵੇ ਤਾਂ ਇਹ ਵੀ ਕੀਤੇ ਜਾ ਰਹੇ ਨੇ ਕਿ ਭਾਰਤ ਦੇ ਵੱਲੋਂ ਵੀ ਨੇਪਾਲ ਦੀ ਮਦਦ ਮੰਗੀ ਗਈ ਹੈ ਕਿ ਅਮਰਿਤਪਾਲਾ ਨੇਪਾਲ ਦੇ ਵਿੱਚ ਹੀ ਹੈ ਇਸ ਕਰਕੇ ਉਸ ਨੂੰ ਕਿਸੇ ਤੀਜੇ ਦੇਸ਼ ਦੇ ਵਿੱਚ ਭੱਜ ਜਾਣ ਤੋਂ ਰੋਕਿਆ ਜਾਵੇ ਭਾਰਤ ਸਰਕਾਰ ਨੇ ਨੇਪਾਲ ਸਰਕਾਰ ਨੂੰ ਇਹ ਅਪੀਲ ਕੀਤੀ ਹੈ ਖਬਰ ਏਜੰਸੀ ਪੀਟੀਆਈ ਦੇ ਮੁਤਾਬਕ ਭਾਰਤ ਨੇ ਨੇਪਾਲ ਦੀ ਸਰਕਾਰ ਨੂੰ ਕਿਹਾ ਹੈ ਕਿ ਅਮਰਿਤਪਾਲ ਸਿੰਘ ਜੋ ਕਿ ਫਰਾਰ ਹੋਇਆ ਏ ਉਸ ਨੂੰ ਕਿਸੇ ਤੀਜੇ ਦੇਸ਼ ਵਿੱਚ ਭੱਜਣ ਨਾ ਦਿੱਤਾ ਜਾਵੇ ਜੇਕਰ ਉਹ ਜੀ ਕੋਸ਼ਿਸ਼ ਕਰਦਾ ਹੈ ਤਾਂ ਉਸ ਨੂੰ ਗ੍ਰਿਫਤਾਰ ਕਰ ਲਿਆ ਜਾਵੇ ਭਾਰਤ ਸਰਕਾਰ ਦਾ ਮੰਨਣਾ ਹੈ ਕਿ ਅਮਰਿਤਪਾਲ ਸਿੰਘ ਨੇਪਾਲ ਦੇ ਵਿੱਚ ਲੁਕਿਆ ਹੋਇਆ ਹੈ ਟੀਆਈ ਨੇ ਇਥੇ ਦਾਵਾ ਕੀਤਾ ਹੈ ਨੇਪਾਲੀ মিডিਆ ਦੀ ਰਿਪੋਰਟ ਦੇ ਹਵਾਲੇ ਦੇ ਨਾਲ ਕਿ ਭਾਰਤ ਨੇ ਨੇਪਾਲ ਨੂੰ ਕਿਹਾ ਹੈ ਕਿ ਜੇਕਰ ਅਮਰਿਤਪਾਲ ਭਾਰਤੀ ਪਾਸਪੋਰਟ ਜਾਂ ਫਿਰ ਕੋਈ ਹੋਰ ਨਕਲੀ ਪਾਸਪੋਰਟ ਵਰਤ ਕੇ ਭੱਜਣ ਦੀ ਕੋਸ਼ਿਸ਼ ਕਰਦਾ ਹੈ ਤਾਂ ਵੀ ਉਸ ਨੂੰ ਗ੍ਰਿਫਤਾਰ ਕਰ ਲਿਆ ਜਾਣਾ ਚਾਹੀਦਾ ਹੈ ਨੇਪਾਲ ਦੇ ਵਿੱਚ ਭਾਰਤੀ ਐਮਬੈਸੀ ਨੇ ਡਿਪਾਰਟਮੈਂਟ ਆਫ ਕਾਉਂਸਲਰ ਸਰਵਿਸਿਜ਼ ਨੂੰ ਇੱਕ ਪੱਤਰ ਭੇਜ ਕੇ ਸਰਕਾਰੀ ਏਜੰਸੀਆਂ ਨੂੰ ਬੇਨਤੀ ਕੀਤੀ ਹੈ ਕਿ ਅਮਰਿਤਪਾਲ ਸਿੰਘ ਨੂੰ ਭੱਜਣ ਨਾ ਦਿੱਤਾ ਜਾਵੇ ਉਸ ਨੂੰ ਫੜ ਲਿਆ ਜਾਣਾ ਚਾਹੀਦਾ ਹੈ ਕਾਠਮੰਡੂ ਪੋਸਟ ਅਖਬਾਰ ਨੇ ਲਿਖਿਆ ਹੈ ਕਿ ਅਮਰਿਤਪਾਲ ਸਿੰਘ ਮੌਜੂਦਾ ਸਮੇਂ ਨੇਪਾਲ ਦੇ ਵਿੱਚ ਲੁਕਿਆ ਹੋਇਆ ਹੈ ਤਰ੍ਹਾਂ ਤਰ੍ਹਾਂ ਦੀਆਂ ਖਬਰਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਨੇ ਅਤੇ ਹੁਣ ਇਹ ਨਵੀਂ ਖਬਰ ਸਾਹਮਣੇ ਆਈ ਹੈ ਕਿ ਅਮਰਤਪਾਲ ਸਿੰਘ ਨੇਪਾਲ ਦੇ ਵਿੱਚ ਹੈ ਅੱਗੇ ਵਧਦੇ ਹਾਂ ਵਿਦੇਸ਼ਾਂ ਦੇ ਵਿੱਚ ਅਮਰਤਪਾਲ ਸਿੰਘ ਦੇ ਪੱਖ ਦੇ ਵਿੱਚ ਅਤੇ ਭਾਰਤ ਸਰਕਾਰ ਦੇ ਖਿਲਾਫ ਨਾਰੇਬਾਜ਼ੀ ਕੀਤੀ ਜਾ ਰਹੀ ਹੈ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਹਨ ਅਤੇ ਭਾਰਤੀ ਦੂਤ ਘਰ ਜਿਹੜੇ ਨੇ ਖਾਸ ਤੌਰ ਤੇ ਉਹਨਾਂ ਦੇ ਸਾਹਮਣੇ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਨੇ ਪਰ ਉਹਨਾਂ ਲੋਕਾਂ ਦੇ ਖਿਲਾਫ ਜਿਹੜੇ ਪ੍ਰਦਰਸ਼ਨਕਾਰੀ ਨੇ ਉਹਨਾਂ ਦੇ ਖਿਲਾਫ ਭਾਰਤ ਦੇ ਵਿੱਚ ਕੇਸ ਵੀ ਹੋਣ ਲੱਗ ਪਏ ਨੇ ਹੁਣ ਯੂਐਸਏ ਦੇ ਵਸ਼ਿੰਗਟਨ ਦੇ ਵਿੱਚ ਭਾਰਤੀ ਦੂਤ ਘਰ ਦੇ ਸਾਹਮਣੇ ਕੁਝ ਲੋਕਾਂ ਦੇ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਉਹਨਾਂ ਤੇ ਹੁਣ ਭਾਰਤ ਦੇ ਵਿੱਚ ਦਿੱਲੀ ਦੇ ਵਿੱਚ ਪਰਚਾ ਦਰਜ ਕਰਵਾ ਦਿੱਤਾ ਗਿਆ ਹੈ ਅਤੇ ਇਹ ਪਰਚਾ ਇੱਕ ਵਕੀਲ ਦੇ ਵੱਲੋਂ ਕਰਵਾਇਆ ਗਿਆ ਹੈ ਵਕੀਲ ਦਾ ਕਹਿਣਾ ਹੈ ਕਿ ਇਹਨਾਂ ਲੋਕਾਂ ਦੇ ਖਿਲਾਫ ਪਰਚਾ ਦਰਜ ਹੋਣਾ ਚਾਹੀਦਾ ਹੈ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਕਿਉਂਕਿ ਇਹਨਾਂ ਲੋਕਾਂ ਨੇ ਭਾਰਤ ਸਰਕਾਰ ਦੀ ਸਾਖ ਤੇ ਵੱਟਾ ਲਾਇਆ ਹੈ ਅਤੇ ਦੂਜਾ ਇਹਨਾਂ ਨੇ ਉੱਥੇ ਜਿਹੜਾ ਭਾਰਤੀ ਦੂਤ ਹੈ ਉਥੇ ਉਸ ਨੂੰ ਧਮਕਾਇਆ ਹੈ ਅਤੇ ਦੂਤ ਘਰ ਦੇ ਸਾਹਮਣੇ ਪ੍ਰਦਰਸ਼ਨ ਕਰਦਿਆਂ ਇਹਨਾਂ ਨੇ ਪੰਨ ਤੋੜ ਵੀ ਕੀਤੀ ਹੈ ਸੁਪਰੀਮ ਕੋਰਟ ਦੇ ਵਕੀਲ ਹਨ ਵਿਨੀਤ ਜਿੰਦਲ ਜਿਨ੍ਹਾਂ ਦੇ ਵੱਲੋਂ ਇਹ ਸ਼ਿਕਾਇਤ ਅਰਜ ਕਰਵਾਈ ਗਈ ਹੈ ਦਿੱਲੀ ਪੁਲਿਸ ਦੇ ਕੋਲ ਉਹਨਾਂ ਨੇ ਕਿਹਾ ਹੈ ਕਿ ਸਖਤ ਕਾਰਵਾਈ ਕਰਨੀ ਚਾਹੀਦੀ ਹੈ ਅਤੇ ਇਹਨਾਂ ਪ੍ਰਦਰਸ਼ਨਕਾਰੀਆਂ ਦੇ ਪਾਸਪੋਰਟ ਵੀ ਰੱਦ ਕੀਤੇ ਜਾਣੇ ਚਾਹੀਦੇ ਨੇ ਯੂਕੇ ਦੇ ਵਿੱਚ ਕੈਨੇਡਾ ਦੇ ਵਿੱਚ ਯੂਐਸਏ ਦੇ ਵਿੱਚ ਅਮਰਿਤਪਾਲ ਸਿੰਘ ਦੇ ਪੱਖ ਦੇ ਵਿੱਚ ਅਤੇ ਭਾਰਤ ਸਰਕਾਰ ਦੇ ਖਿਲਾਫ ਲਗਾਤਾਰ ਰੋਜ਼ ਪ੍ਰਦਰਸ਼ਨ ਹੁੰਦੇ ਦਿਖਾਈ ਦਿੰਦੇ ਨੇ ਅਗਲੀ ਖਬਰ ਦੇ ਵੱਲ ਵਧਦੇ ਆ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਖਿਲਾਫ ਇੱਕ ਟਵੀਟ ਕੀਤਾ ਗਿਆ ਇੱਕ ਵਿਅਕਤੀ ਦੇ ਵੱਲੋਂ ਜਿਸ ਤੇ ਪਰਚਾ ਦਰਜ ਪੰਜਾਬ ਪੁਲਿਸ ਦੇ ਵੱਲੋਂ ਕਰ ਲਿਆ ਗਿਆ ਹੈ ਮੀਡੀਆ ਰਿਪੋਰਟਾਂ ਦੇ ਮੁਤਾਬਕ ਇੱਕ ਟਵਿੱਟਰ ਅਕਾਊਂਟ ਦੇ ਵੱਲੋਂ ਕੇਜਰੀਵਾਲ ਦੇ ਬਾਰੇ ਇਹ ਦਾਵਾ ਕੀਤਾ ਗਿਆ ਕਿ IIT ਦੇ ਵਿੱਚ ਦਾਖਲਾ JEE ਦੇ ਵਿੱਚ ਸਫਲਤਾ ਦੇ ਕਰਕੇ ਅਰਵਿੰਦ ਕੇਜਰੀਵਾਲ ਨੂੰ ਨਹੀਂ ਮਿਲਿਆ ਸਗੋਂ ਉਹ ਤਾਂ ਇੱਕ ਕੋਟੇ ਦੇ ਅਧੀਨ IIT ਦੇ ਵਿੱਚ ਪਹੁੰਚੇ ਸਨ ਇਹ ਦਾਵਾ ਕੀਤਾ ਗਿਆ ਜਿਸ ਨੂੰ ਕਿ ਝੂਠਾ ਦਾਵਾ ਦੱਸਿਆ ਗਿਆ ਹੈ ਸ਼ਿਕਾਇਤਕਰਤਾ ਦੇ ਵੱਲੋਂ ਸ਼ਿਕਾਇਤਕਰਤਾ ਹੈ ਨੂਰਪੁਰ ਵਿਧੀਤੋਂ ਨਰਿੰਦਰ ਸਿੰਘ ਜਿਨ੍ਹਾਂ ਦਾ ਕਹਿਣਾ ਹੈ ਕਿ ਮੈਂ ਕਾਫੀ ਸਮੇਂ ਤੋਂ ਲਗਭਗ 8 ਸਾਲਾਂ ਤੋਂ ਆਮ ਆਦਮੀ ਪਾਰਟੀ ਦੇ ਨਾਲ ਜੁੜਿਆ ਹੋਇਆ ਹਾਂ ਅਤੇ ਇਸ ਵਿਅਕਤੀ ਨੇ ਗਲਤ ਜਾਣਕਾਰੀ ਸਾਂਝੀ ਕੀਤੀ ਹੈ ਅਰਵਿੰਦ ਕੇਜਰੀਵਾਲ ਦੇ ਖਿਲਾਫ ਉਹਨਾਂ ਦੀ ਸਾਖ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਹੈ ਇਸ ਕਰਕੇ ਪਰਚਾ ਦਰਜ ਕੀਤਾ ਜਾਣਾ ਚਾਹੀਦਾ ਹੈ ਹੁਣ ਪੁਲਿਸ ਨੇ ਆਈਪੀਸੀ ਦੀ ਧਾਰਾ 469 ਕਿਸੇ ਦੀ ਸਾਖ ਨੂੰ ਨੁਕਸਾਨ ਪਹੁੰਚਾਉਣ ਦੇ ਇਰਾਦੇ ਨਾਲ ਜਾਲ ਸੱਸੀ ਕਰਨਾ 419 120 ਵੀ ਅਪਰਾਧਿਕ ਸਾਜ਼ਿਸ਼ ਅਤੇ ਆਈਟੀ ਐਕਟ ਵੀ ਲਾ ਦਿੱਤਾ ਗਿਆ ਹੈ ਪੁਲਿਸ ਦੇ ਵੱਲੋਂ ਅਤੇ ਹੁਣ ਅਰਵਿੰਦ ਕੇਜਰੀਵਾਲ ਦੇ ਖਿਲਾਫ ਜੋ ਟਵੀਟ ਪਾਇਆ ਗਿਆ ਉਸ ਕਰਕੇ ਇਸ ਵਿਅਕਤੀ ਦੀਆਂ ਮੁਸ਼ਕਲਾਂ ਵੀ ਵੱਧ ਸਕਦੀਆਂ ਨੇ ਅਜਹੀ ਖਬਰ ਹੁਣ ਸਾਹਮਣੇ ਆਉਂਦੀ ਦਿਖਾਈ ਦਿੰਦੀ ਹੈ ਅਗਲੀ ਖਬਰ ਦੇ ਵੱਲ ਵਧਦੇ ਹਾਂ ਮੁੱਖ ਮੰਤਰੀ ਭਗਵੰਤ ਮਾਨ ਇੱਕ ਵਾਰ ਫਿਰ ਤੋਂ ਜਲੰਧਰ ਪਹੁੰਚੇ ਲਗਾਤਾਰ ਜਲੰਧਰ ਦੇ ਢੀਡੇ ਆਮ ਆਦਮੀ ਪਾਰਟੀ ਦੇ ਲੀਡਰਾਂ ਦੇ ਵੱਲੋਂ ਲਾਏ ਜਾ ਰਹੇ ਨੇ ਬੀਤੇ ਦਿਨੀ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਮਾਨ ਪਹੁੰਚੇ ਸਨ ਜਲੰਧਰ ਡੇਰਾ ਸੱਚਖੰਡ ਬੱਲਾਂ ਦੇ ਵਿੱਚ 25 ਕਰੋੜ ਰੁਪਏ ਦਾ ਚੈੱਕ ਉਹਨਾਂ ਦੇ ਵੱਲੋਂ ਦਿੱਤਾ ਗਿਆ ਸੀ ਹਾਲਾਂਕਿ ਉਸ ਚੈੱਕ ਨੂੰ ਲੈ ਕੇ ਵੀ ਹੁਣ ਵਿਵਾਦ ਹੋ ਗਿਆ ਹੈ ਕਿਉਂਕਿ ਅਜੇ ਹਾਈ ਚੈੱਕ 31 ਦਸੰਬਰ 2021 ਨੂੰ ਉਸ ਵੇਲੇ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਵੱਲੋਂ ਵੀ ਡੇਰਾ ਸੱਚਖੰਡ ਬੱਲਾਂ ਨੂੰ ਦਿੱਤਾ ਗਿਆ ਸੀ ਹੁਣ ਕਾਂਗਰਸ ਪਾਰਟੀ ਦਾ ਦਾਵਾ ਹੈ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਦਾਵਾ ਕਰਦੇ ਨੇ ਉਹ ਗ੍ਰਾਂਟ ਮਾਨ ਸਰਕਾਰ ਨੇ ਰੋਕ ਦਿੱਤੀ ਸੀ ਅਤੇ ਹੁਣ 1 ਸਾਲ ਬਾਅਦ ਆਪ ਉਥੇ ਜਾ ਕੇ ਇਹ ਡਰਾਮਾ ਕਰਨ ਲੱਗ ਪਏ ਨੇ ਉਹੀ ਗ੍ਰਾਂਟ ਪਹਿਲਾਂ ਆਪੇ ਹੀ ਰੋਕੀ ਜੋ ਚੰਨੀ ਨੇ ਦਿੱਤੀ ਸੀ ਆਪੇ ਹੀ ਰੋਕੀ ਅਤੇ ਹੁਣ ਆਪੇ ਹੀ ਜਾ ਕੇ ਉਹੀ 25 ਕਰੋੜ ਦਾ ਚੈੱਕ ਦੁਬਾਰਾ ਦੇ ਦਿੱਤਾ ਹੈ ਸਿਰਫ ਤੇ ਸਿਰਫ ਝੂਠ ਬੁੱਲਣ ਦਾ ਕੰਮ ਆਮ ਆਦਮੀ ਪਾਰਟੀ ਦੇ ਵੱਲੋਂ ਕੀਤਾ ਜਾ ਰਿਹਾ ਹੈ ਕਾਂਗਰਸ ਇਹ ਦਾਵਾ ਕਰਦੀ ਹੈ ਚਰਨਜੀਤ ਸਿੰਘ ਚੰਨੀ ਦੀ ਪੁਰਾਣੀ ਫੋਟੋ ਵੀ ਹੁਣ ਸਾਹਮਣੇ ਆ ਗਈ ਹੈ ਜਦੋਂ ਉਹਨਾਂ ਨੇ ਡੇਰਾ ਸਤਖੰਡ ਬੱਲਾ ਨੂੰ 25 ਕਰੋੜ ਦਾ ਚੈੱਕ ਸੌਂਪਿਆ ਸੀ ਹੁਣ ਭਗਵੰਤ ਮਾਨ ਆਪ ਜਲੰਧਰ ਪਹੁੰਚੇ ਅਤੇ ਉਹਨਾਂ ਦੇ ਵੱਲੋਂ ਵੇਰਕਾ ਜਲੰਧਰ ਡੇਰੀ ਦੇ ਵਿੱਚ 84 ਕਰੋੜ ਰੁਪਏ ਦੀ ਲਾਗਤ ਨਾਲ ਨਵ ਸਥਾਪਿਤ ਫਰਮੈਂਟਡ ਡੇਰੀ ਪਲਾਂਟ ਦਾ ਉਦਘਾਟਨ ਕੀਤਾ ਗਿਆ ਹੈ ਮੁੱਖ ਮੰਤਰੀ ਭਗਵੰਤ ਮਾਨ ਕਹਿੰਦੇ ਨੇ ਕਿ ਵੇਰਕਾਂ ਨੂੰ ਇੱਕ ਕਮਾਊ ਪੁੱਤ ਬਣਾਇਆ ਜਾਵੇਗਾ ਇਸੇ ਕਰਕੇ ਹੀ ਦੁੱਧ ਦੀ ਪ੍ਰੋਸੈਸਿੰਗ ਦੇ ਪਲਾਂਟ ਲਗਾਤਾਰ ਪੰਜਾਬ ਦੇ ਵਿੱਚ ਲਾਏ ਜਾ ਰਹੇ ਨੇ ਵੱਧ ਤੋਂ ਵੱਧ ਕਮਾਈ ਕਰਨ ਦੀ ਕੋਸ਼ਿਸ਼ ਵੇਰਕਾਂ ਦੇ ذریعے ਕੀਤੀ ਜਾਵੇਗੀ ਕੁਝ ਵੱਡੇ ਐਲਾਨ ਵੀ ਇਸ ਮੌਕੇ ਕਰ ਦਿੱਤੇ ਗਏ ਜਿਵੇਂ ਕਿ ਪੰਜਾਬ ਨੂੰ ਛੇਤੀ ਤੋਂ ਛੇਤੀ ਹੋਰ ਤਰੱਕੀ ਕਰਵਾਈ ਜਾਵੇਗੀ ਤਰੱਕੀ ਦੀ ਗੱਡੀ ਲੀਤੇ ਚੜ ਗਈ ਹੈ ਜਲੰਧਰ ਨੂੰ ਸ਼ੀਸ਼ੇ ਦੇ ਵਾਂਗ ਚਮਕਾ ਦੇਵਾਂਗੇ ਪੰਜਾਬ ਦੇ ਵਿੱਚ ਵਧੀਆ ਸਕੂਲ ਬਣਾਵਾਂਗੇ ਹੋਰ ਮੁਹੱਲਾ ਕਲੀਨਿਕ ਬਣਾਵਾਂਗੇ ਇਸ ਤੋਂ ਇਲਾਵਾ ਵੀ ਕਈ ਵੱਡੇ ਐਲਾਨ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਜਲੰਧਰ ਦੇ ਵਿੱਚ ਕਰ ਦਿੱਤੇ ਗਏ ਨੇ ਅੱਗੇ ਵਾਦੇ ਆ ਸਬਜ਼ੀ ਵਾਲੇ ਕਿਸਾਨਾਂ ਦੇ ਵੱਲੋਂ ਵੀ ਮਾਨ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕੀਤੀ ਜਾਣ ਲੱਗ ਪਈ ਹੈ ਮੁੱਖ ਮੰਤਰੀ ਭਗਵੰਤ ਮਾਨ ਬਾਰਿਸ਼ ਦੇ ਕਰਕੇ ਜੋ ਫਸਲਾਂ ਦਾ ਨੁਕਸਾਨ ਹੋਇਆ ਸੀ ਉਹਨਾਂ ਦਾ ਪਤਾ ਲੈਣ ਪਹੁੰਚੇ ਸਨ ਬੀਤੇ ਦਿਨ ਅਤੇ ਹੁਣ ਮਾਝੇ ਦੇ ਵਿੱਚ ਜੋ ਸਬਜ਼ੀ ਵਾਲੇ ਕਿਸਾਨ ਨੇ ਉਹਨਾਂ ਦੇ ਵੱਲੋਂ ਵੀ ਮੁਆਵਜ਼ੇ ਦੀ ਮੰਗ ਕੀਤੀ ਜਾਣ ਲੱਗ ਪਈ ਹੈ ਗੁਰਦਾਸਪੁਰ ਦਾ ਪਿੰਡ ਕੋਟਲੀ ਭਾਨ ਸਿੰਘ ਹੈ ਉੱਥੋਂ ਦੇ ਕਿਸਾਨਾਂ ਦੇ ਵੱਲੋਂ ਖੀਰੇ ਅਤੇ ਟਮਾਟਰ ਬੀਜੇ ਗਏ ਸਨ ਜੋ ਕਿ ਮੀਂਹ ਦੇ ਕਰਕੇ ਸਲਾਬ ਦੇ ਕਰਕੇ ਉਹਨਾਂ ਦਾ ਨੁਕਸਾਨ ਹੋ ਗਿਆ ਹੈ ਪੂਰੀ ਤਰ੍ਹਾਂ ਨਸ਼ਟ ਹੋ ਚੁੱਕੇ ਨੇ ਉਹਨਾਂ ਦੇ ਵਿੱਚ ਹੁਣ ਕੁਝ ਵੀ ਨਹੀਂ ਨਿਕਲਣਾ ਇਹ ਕਿਸਾਨ ਦਾਵਾ ਕਰਦੇ ਨੇ ਸਾਡਾ ਪੰਜਾਬ ਤੋਂ 60000 ਰੁਪਏ ਪ੍ਰਤੀ ਏਕੜ ਖਰਚਾ ਹੋਇਆ ਹੈ ਸਰਕਾਰ ਨੂੰ ਸਾਨੂੰ ਵੀ ਮੁਆਵਜ਼ਾ ਦੇਣਾ ਚਾਹੀਦਾ ਹੈ ਤਾਂ ਜੋ ਹੋਰ ਵੀ ਕਿਸਾਨ ਸਬਜ਼ੀਆਂ ਵਾਲੇ ਪਾਸੇ ਆਉਣ ਝੋਨੇ ਅਤੇ ਕਣਕ ਤੋਂ ਦੂਜੇ ਪਾਸੇ ਵੱਲ ਨੂੰ ਜਾਣ ਅਜਹੀ ਮੰਗ ਹੁਣ ਇਨ੍ਹਾਂ ਕਿਸਾਨਾਂ ਦੇ ਵੱਲੋਂ ਸਰਕਾਰ ਦੇ ਅੱਗੇ ਰੱਖੀ ਜਾ ਰਹੀ ਹੈ ਅਗਲੀ ਖਬਰ ਦੇ ਵੱਲ ਵਧਦੇ ਹਾਂ ਲੁਧਿਆਣਾ ਦੇ ਵਿੱਚ 10ਵੀਂ ਦੇ ਵਿਦਿਆਰਥੀਆਂ ਦੇ ਨਾਲ ਇੱਕ ਵੱਡਾ ਫਰਾਡ ਹੋ ਗਿਆ 10ਵੀਂ ਦੇ ਪੇਪਰ ਚੱਲ ਰਹੇ ਨੇ ਪਰ ਇੱਕ ਨਿੱਜੀ ਸਕੂਲ ਦੇ ਵੱਲੋਂ ਇਨ੍ਹਾਂ ਬੱਚਿਆਂ ਨੂੰ ਫਰਜ਼ੀ ਜਾਲੀ ਰੋਲ ਨੰਬਰ ਪਰਚੀਆਂ ਤੇ ਲਿਖ ਕੇ ਦੇ ਦਿੱਤੇ ਗਏ ਜੋ ਬੋਰਡ ਦੇ ਰੋਲ ਨੰਬਰ ਹੁੰਦੇ ਨੇ ਉਹ ਨਹੀਂ ਦਿੱਤੇ ਗਏ 27 ਦੇ ਕਰੀਬ ਇਹ ਵਿਦਿਆਰਥੀ ਦੱਸੇ ਜਾਂਦੇ ਨੇ ਜਦੋਂ ਇਹ ਜਗਰਾਉਂ ਦੇ ਇੱਕ ਸਕੂਲ ਦੇ ਵਿੱਚ ਬਣੇ ਪ੍ਰੀਖਿਆ ਕੇਂਦਰ ਦੇ ਵਿੱਚ ਪੇਪਰ ਦੇਣ ਲਈ ਪਹੁੰਚੇ ਤਾਂ ਇਹਨਾਂ ਨੂੰ ਐਂਟਰੀ ਨਹੀਂ ਮਿਲ ਸਕੀ ਹੈ ਜਿਸ ਤੋਂ ਬਾਅਦ ਇਹ ਬੱਚੇ ਤਾਂ ਦੁਖੀ ਹੋਏ ਪਰੇਸ਼ਾਨ ਹੋਏ ਇਹਨਾਂ ਦੇ ਮਾਪੇ ਵੀ ਇੱਥੇ ਕਾਫੀ ਜ਼ਿਆਦਾ ਗੁੱਸੇ ਦੇ ਵਿੱਚ ਆਉਂਦੇ ਦਿਖਾਈ ਦਿੰਦੇ ਨੇ ਹੁਣ ਮੰਗ ਕੀਤੀ ਜਾ ਰਹੀ ਹੈ ਕਿ ਸਕੂਲ ਵਾਲਿਆਂ ਦੇ ਖਿਲਾਫ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਕਿਉਂਕਿ ਸਾਡੇ ਬੱਚਿਆਂ ਦਾ ਇੱਕ ਸਾਲ ਇਹਨਾਂ ਨੇ ਖਰਾਬ ਕਰਕੇ ਰੱਖ ਦਿੱਤਾ ਹੈ ਹੁਣ ਵੇਖਣਾ ਹੋਵੇਗਾ ਕਿ ਸਿੱਖਿਆ ਮੰਤਰੀ ਹਰਜੂਤ ਸਿੰਘ ਬੈਂਸ ਦੇ ਵੱਲੋਂ ਇਸ ਨੂੰ ਲੈ ਕੇ ਕੀ ਕਾਰਵਾਈ ਕੀਤੀ ਜਾਂਦੀ ਹੈ ਅਗਲੀ ਖਬਰ ਦੇ ਵੱਲ ਵਧਦੇ ਹਾਂ ਮਾਨ ਸਰਕਾਰ ਦੇ ਵੱਲੋਂ ਗਰੀਬਾਂ ਨੂੰ ਇੱਕ ਚੰਗੀ ਖਬਰ ਸੁਣਾਈ ਗਈ ਹੈ ਜਦੋਂ ਤੋਂ ਮਾਨ ਸਰਕਾਰ ਪੰਜਾਬ ਦੇ ਵਿੱਚ ਬਣੀ ਸੀ ਗਰੀਬਾਂ ਦੀਆਂ ਧੀਆ ਨੂੰ ਜੋ ਛਗਨ ਸਕੀਮ ਦਾ ਪੈਸਾ ਮਿਲਦਾ ਉਹ ਨਹੀਂ ਦਿੱਤਾ ਗਿਆ ਸੀ ਪਰ ਹੁਣ ਡਾਕਟਰ ਬਲਜੀਤ ਕੌਰ ਕੈਬਨਟ ਮੰਤਰੀ ਨੇ ਪੰਜਾਬ ਦੇ ਉਹਨਾਂ ਦੇ ਵੱਲੋਂ ਜਾਣ ਕਰ ਦਿੱਤੀ ਗਈ ਹੈ ਕਿ ਸਰਕਾਰ ਦੇ ਵੱਲੋਂ 13409 ਲਾਪਾਤਰੀਆਂ ਨੂੰ 68.38 ਕਰੋੜ ਰੁਪਏ ਜਾਰੀ ਕਰ ਦਿੱਤੇ ਗਏ ਨੇ کافی ਦਿਨ ਤੋਂ ਉਡੀਕ ਕੀਤੀ ਜਾ ਰਹੀ ਸੀ ਕਿ ਲੜਕੀਆਂ ਦੇ ਵਿਆਹ ਜਦੋਂ ਹੁੰਦੇ ਨੇ ਗਰੀਬ ਲੜਕੀਆਂ ਦੇ ਉਹਨਾਂ ਨੂੰ ਸਰਕਾਰ ਦੇ ਵੱਲੋਂ ਆਸ਼ੀਰਵਾਦ ਸਕੀਮ ਦੇ ਤਹਿਤ 51000 ਰੁਪਏ ਦੀ ਨਕਦ ਮਦਦ ਦਿੱਤੀ ਜਾਂਦੀ ਹੈ ਪਰ ਇਹ ਸਰਕਾਰ ਨੇ ਅਜੇ ਤੱਕ ਉਹ ਪੈਸਾ ਨਹੀਂ ਦਿੱਤਾ ਸੀ ਪਰ ਹੁਣ ਜਾਰੀ ਕਰ ਦਿੱਤਾ ਗਿਆ ਹੈ ਗਰੀਬਾਂ ਲਈ ਇਹ ਚੰਗੀ ਖਬਰ ਕਹੀ ਜਾ ਸਕਦੀ ਹੈ ਅਗਲੀ ਖਬਰ ਦੇ ਵੱਲ ਵਧਦੇ ਹਾਂ ਕਿ ਪੰਜਾਬ ਦੇ ਵਿੱਚ ਵੱਡੇ ਕਿਸਾਨਾਂ ਦੀ ਬਿਜਲੀ ਸਬਸਿਡੀ ਕੱਟ ਦਿੱਤੀ ਜਾਵੇਗੀ ਉਨ੍ਹਾਂ ਤੋਂ ਮੋਟਰਾਂ ਦਾ ਬਿੱਲ ਲਿਆ ਜਾਵੇਗਾ ਅਜੀਬ ਚਰਚਾ ਇਸ ਕਰਕੇ ਚੱਲੀ ਹੈ ਕਿਉਂਕਿ ਟ੍ਰਿਬਿਊਨ ਦੀ ਰਿਪੋਰਟ ਦੇ ਮੁਤਾਬਕ ਨਵੀਂ ਖੇਤੀ ਨੀਤੀ ਬਣਾਉਣ ਲਈ ਜੋ ਸੁਝਾਅ ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਦੇ ਵੱਲੋਂ ਮੰਗੇ ਜਾ ਰਹੇ ਨੇ ਉਹਨਾਂ ਦੇ ਵਿੱਚ ਇਹ ਕਿਹਾ ਜਾ ਰਿਹਾ ਹੈ ਕਿ ਜਿਹੜੇ ਧਨਾੜ ਕਿਸਾਨ ਨੇ ਜਿਹੜੇ ਵੱਡੇ ਕਿਸਾਨ ਨੇ ਉਹਨਾਂ ਤੋਂ ਮੋਟਰਾਂ ਦੇ ਬਿਜਲੀ ਦੇ ਬਿੱਲ ਲਏ ਜਾਣੇ ਚਾਹੀਦੇ ਨੇ ਇਸ ਦੇ ਨਾਲ ਦੋ ਫਾਇਦੇ ਹੋਣਗੇ ਇੱਕ ਤਾਂ ਪੈਸਾ ਬਚੇਗਾ ਅਤੇ ਦੂਜਾ ਪਾਣੀ ਵੀ ਬਚੇਗਾ ਕਿਉਂਕਿ ਮੁਫਤ ਬਿਜਲੀ ਦੇ ਕਰਕੇ ਕੋਈ ਪਰਵਾਹ ਨਹੀਂ ਕਰਦਾ ਇਹ ਜ਼ਿਆਦਾ ਪਾਣੀ ਦਾ ਇਸਤੇਮਾਲ ਕਰਦੇ ਨੇ ਲੋਕ ਇਸ ਕਰਕੇ ਵੱਡੇ ਕਿਸਾਨਾਂ ਤੋਂ ਮੋਟਰਾਂ ਦੇ ਬਿਜਲੀ ਦੇ ਬਿੱਲ ਲਏ ਜਾਣੇ ਚਾਹੀਦੇ ਨੇ ਅਜਹੀ ਚਰਚਾ ਚੱਲੀ ਹੈ ਪਰ ਖੇਤੀਬਾੜੀ ਮੰਤਰੀ ਗੁਰਦੀਪ ਸਿੰਘ ਢਾਲੀਵਾਲ ਕਹਿੰਦੇ ਨੇ ਸਾਡੀ ਸਰਕਾਰ ਦਾ ਅਜਿਹਾ ਕੋਈ ਵੀ ਵਿਚਾਰ ਨਹੀਂ ਹੈ ਕਿਸੇ ਵੀ ਕਿਸਾਨ ਤੇ ਮੋਟਰ ਦਾ ਬਿਜਲੀ ਦਾ ਬਿੱਲ ਨਹੀਂ ਲਾਇਆ ਜਾਵੇਗਾ ਅਗਲੀ ਖਬਰ ਦੇ ਵੱਲ ਵਧਦੇ ਹਾਂ ਭਾਸਕਰ ਦੀ ਇੱਕ ਰਿਪੋਰਟ ਸਾਹਮਣੇ ਆਈ ਹੈ ਜਿਸ ਦੇ ਮੁਤਾਬਿਕ ਟ੍ਰੈਫਿਕ ਚਲਾਣ ਕਟਣ ਦੇ ਵਿੱਚ ਪੰਜਾਬ ਸੂਬਾ ਫਾੜੀ ਹੈ ਇਥੋਂ ਤੱਕ ਫਾੜੀ ਹੈ ਕਿ ਚੰਡੀਗੜ੍ਹ ਨੇ ਵੀ ਤਿੰਨ ਗੁਣਾ ਚਲਾਨ ਪੰਜਾਬ ਤੋਂ ਜ਼ਿਆਦਾ ਕੱਟ ਦਿੱਤੇ ਨੇ ਅਤੇ ਤਿੰਨ ਗੁਣਾ ਕਮਾਈ ਚਲਾਨ ਕੱਟ ਕੇ ਕਰ ਲਈ ਹੈ ਇਸ ਰਿਪੋਰਟ ਦੇ ਮੁਤਾਬਕ ਜੋ ਇਸ ਰਿਪੋਰਟ ਦੇ ਵਿੱਚ ਅੰਕੜੇ ਦਿੱਤੇ ਗਏ ਨੇ ਕਿ 2019 ਤੋਂ ਲੈ ਕੇ 2023 ਤੱਕ ਪੰਜਾਬ ਨੇ ਸਿਰਫ ਇਕੱਠੇ ਕੀਤੇ ਨੇ ਚਲਾਨ ਕੱਟ ਕੇ 20.36 ਕਰੋੜ ਰੁਪਏ ਜਦਕਿ ਚੰਡੀਗੜ੍ਹ ਇੱਕ ਸ਼ਹਿਰ ਹੈ ਉਸ ਨੇ ਚਲਾਨ ਕੱਟ ਕੇ ਇਕੱਠੇ ਕੀਤੇ ਨੇ ਇੰਨੇ ਹੀ ਸਮੇਂ ਦੇ ਵਿੱਚ 61 ਕਰੋੜ ਰੁਪਏ ਪੰਜਾਬ ਦੇ ਵਿੱਚ ਚਲਾਨ ਕੱਟਣ ਦੀ ਰਫ਼ਤਾਰ ਕਾਫੀ ਧੀਮੀ ਹੈ ਇਹ ਰਿਪੋਰਟ ਦਾਵਾ ਕਰਦੀ ਹੈ ਇਸ ਤੋਂ ਇਲਾਵਾ ਪੰਜਾਬ ਉਹਨਾਂ ਸੂਬਿਆਂ ਤੋਂ ਵੀ ਫਾੜੀ ਹੈ ਜਿਵੇਂ ਕਿ ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਉੱਥੇ ਵੀ ਜ਼ਿਆਦਾ ਚਲਾਨ ਕੱਟੇ ਜਾਂਦੇ ਨੇ ਜ਼ਿਆਦਾ ਪੈਸਾ ਸਰਕਾਰ ਦੇ ਕੋਲ ਆਉਂਦਾ ਹੈ ਪਰ ਪੰਜਾਬ ਇਹਨਾਂ ਤੋਂ ਵੀ ਪਿੱਛੇ ਹੈ ਸੰਸਦ ਮੈਂਬਰ ਦੇ ਵੱਲੋਂ ਇਹ ਸਵਾਲ ਪੁੱਛਿਆ ਗਿਆ ਸੀ ਸੰਸਦ ਦੇ ਵਿੱਚ ਜਿਸ ਦੇ ਜਵਾਬ ਦੇ ਵਿੱਚ ਇਹ ਸਾਰੀ ਰਿਪੋਰਟ ਸਾਹਮਣੇ ਆਈ ਹੈ ਅਗਲੀ ਖਬਰ ਦੇ ਵੱਲ ਵਧਦੇ ਹਾਂ ਪੰਜਾਬ ਦੇ ਵਿੱਚ ਹੁਣ ਚਿੱਟੇ ਤੇ ਵੀ ਆਫਰ ਮਿਲਣ ਲੱਗ ਪਏ ਹਨ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਜਿਸ ਨੂੰ ਕਿ ਲੁਧਿਆਣਾ ਦੀ ਈਡਬਲਯੂਐਸ ਕਲੋਨੀ ਦੀ ਵੀਡੀਓ ਦੱਸਿਆ ਜਾ ਰਿਹਾ ਹੈ ਇੱਕ ਨੌਜਵਾਨ ਚਿੱਟਾ ਖਰੀਦਣ ਜਾਂਦਾ ਹੈ ਇਸ ਕਲੋਨੀ ਦੇ ਵਿੱਚ ਵਿਅਕਤੀ ਆਉਂਦਾ ਹੈ ਚਿੱਟੇ ਦੀ ਪੁੜੀ ਲੈ ਕੇ ਕਹਿੰਦਾ ਹੈ ਵੈਸੇ ਤਾਂ ਇਹ ਹੈ 700 ਰੁਪਏ ਦੀ ਪਰ ਤੁਹਾਨੂੰ ਇਹ 500 ਰੁਪਏ ਦੇ ਵਿੱਚ ਦੇ ਦਿੱਤੀ ਜਾਂਦੀ ਹੈ ਦੇ ਦਿੱਤੀ ਜਾਵੇਗੀ ਉਸੇ ਵੇਲੇ ਉਹ ਨੌਜਵਾਨ ਆ ਇਹ ਚਿੱਟੇ ਦੀ ਪੁੜੀ ਖਰੀਦ ਲੈਂਦਾ ਏ ਖਰੀਦਣ ਵਾਲੇ ਨੌਜਵਾਨ ਦੇ ਵੱਲੋਂ ਹੀ ਇਹ ਵੀਡੀਓ ਬਣਾਈ ਗਈ ਹੈ ਤਾਂ ਜੋ ਲੋਕ ਖੋਲੀ ਜਾ ਸਕੇ ਕਿ ਪੰਜਾਬ ਦੇ ਵਿੱਚ ਵੇਖੋ ਕਿਵੇਂ ਸ਼ਰੇਆਮ ਚਿੱਟਾ ਵਿਕ ਰਿਹਾ ਹੈ ਅਜਿਹੀਆਂ ਵੀਡੀਓ ਜਦੋਂ ਵੀ ਸਾਹਮਣੇ ਆਉਂਦੀਆਂ ਨੇ ਪੰਜਾਬ ਦੇ ਵਿੱਚ ਚਿੱਟੇ ਦੇ ਹਾਲਾਤ ਇਹ ਵੀਡੀਓ ਬਖੂਬੀ ਬਿਆਨ ਕਰ ਦਿੰਦੀਆਂ ਨੇ ਇਸ ਹਨ ਕੁਝ ਉਹ ਖਬਰਾਂ ਜੋ ਤੁਹਾਡੇ ਤੱਕ ਪਹੁੰਚਾਉਣੀਆਂ ਬਹੁਤ ਜ਼ਰੂਰੀ ਸਨ ਇਹਨਾਂ ਖਬਰਾਂ ਵਿੱਚੋਂ ਕਿਸੇ ਖਬਰ ਬਾਰੇ ਸਾਡੇ ਸ਼ੋਅ ਪੰਜਾਬੀ ਪ੍ਰਾਈਮ ਟਾਈਮ ਬਾਰੇ ਤੁਹਾਡੀ ਕੋਈ ਵੀ رائے ਜਾਂ ਸੁਝਾਅ ਹੈ ਤਾਂ ਕਮੈਂਟ ਕਰਕੇ ਆਪਣੀ رائے ਜ਼ਰੂਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਫੇਸਬੁੱਕ ਤੇ ਪੇਜ ਲਾਈਕ ਕਰ ਲਓ ਮੈਂ ਜੱਜ ਸਿੰਘ ਚਾਹ ਲ ਅਗਲੀ ਵਾਰ ਫਿਰ ਆਜ ਰੋਵਾਂਗਾ ਤੁਸੀਂ ਦੇਖਦੇ ਰਹੋ ਪੰਜਾਬ ਟੀਵੀ ਹਰ ਖਬਰ ਦਾ ਸੱਚ